ਦੁਕਾਨ ਤੇ ਹੁੰਦੇ ਆ ਜੀ, ਸਵੇਰੇ ਅਸੀਂ ਆਨੇ ਆ 10:30-11 ਵਜੇ ਤੇ ਉਹ ਜਿਹੜੇ ਮੁੰਡਾ ਔਰ ਲੜਕੀ ਆਏ ਸੀਗੇ ਮੋਬਾਈਲ ਦੇਖਣ ਆਏ 12:30-12:00-1 ਵਜੇ ਦੇ ਵਿੱਚ ਵਿੱਚ ਆਏ, ਕਹਿੰਦੇ ਮੋਬਾਈਲ ਅਸੀਂ ਲੈਣਾ ਆ ਤੇ ਮੋਬਾਈਲ ਦਿਖਾ ਦਿਓ। ਤੇ ਅਸੀਂ ਮੋਬਾਈਲ ਦਿਖਾਇਆ ਤੇ ਉਹਨਾਂ ਨੂੰ ਪਸੰਦ ਆ ਗਿਆ, ਕਹਿੰਦੇ 3500 ਰੁਪਇਆ ਸਾਡੇ ਕੋਲ ਹੈਗਾ। ਇਹਨੇ ਕਿਹਾ ਮੇਰੇ ਬੇਟੇ ਨੇ 4000 ਦਾ ਮੋਬਾਈਲ ਹੈ, ਕਹਿੰਦੇ 500 ਘੱਟਦਾ ਹੈ। ਇਹ ਕਹਿੰਦਾ ਚਲੋ ਜਦੋਂ 500 ਪੂਰਾ ਕਰ ਲਉਂਗੇ ਫਿਰ ਮੋਬਾਈਲ ਲੈ ਜਾਇਓ ਮੇਰੇ ਤੋਂ, ਕਹਿੰਦੇ ਠੀਕ ਹੈ ਚਲੇ ਗਏ ਸਾਡੇ ਕੋਲੋਂ ਚਲੇ ਗਏ। ਉਸ ਤੋਂ ਬਾਅਦ ਕੀ ਕਹਿੰਦੇ ਨੇ ਸ਼ਾਮੀ ਫਿਰ ਉਹ ਮੁੰਡਾ ਆਇਆ ਮੈਨੂੰ ਕਹਿੰਦਾ ਆਂਟੀ ਜਿਹੜਾ ਸਵੇਰੇ ਮੋਬਾਈਲ ਦੇਖ ਕੇ ਗਿਆ ਸੀਗਾ ਉਹ ਮੋਬਾਈਲ ਮੈਨੂੰ ਦੇ ਦਿਓ, ਉਹ ਮੈਨੂੰ ਚਾਹੀਦਾ ਹੈ ਹੁਣ। ਅਤੇ ਮੈਂ ਮੋਬਾਈਲ ਦਿਖਾਉਣ ਲਈ ਉਹਨੂੰ ਕਾਊਂਟਰ ਦੇ ਵਿੱਚ ਗਈ ਹਾਂ ਆਪਣੇ, ਉੱਦਾਂ ਮੈਂ ਇੱਥੇ ਕੁਰਸੀ 'ਤੇ ਬੈਠੀ ਹੋਣੀ ਹਾਂ, ਨਾਲ ਹੀ ਮੇਰੇ ਪਰਸ ਪਿਆ ਹੁੰਦਾ ਹੈ ਕਿਉਂਕਿ ਮੇਰਾ ਬੇਟਾ ਜਦੋਂ ਮੋਬਾਈਲ ਖਰੀਦਦਾ ਪਰਸ ਤੋਂ ਪੈਸੇ ਵਗੈਰਾ ਉਹਨੂੰ ਮੈਂ ਹੀ ਕੱਢ ਕੇ ਦਿੰਦੀ ਹਾਂ। ਅਤੇ ਅੱਜ ਮੇਰਾ ਬੇਟਾ ਦੁਕਾਨ 'ਤੇ ਨਹੀਂ ਸੀਗਾ, ਸ਼ਾਮ ਨੂੰ ਦੁਪਹਿਰੇ ਸੀਗਾ, ਸ਼ਾਮ ਨੂੰ ਜਦੋਂ ਉਹ ਮੁੰਡਾ ਦੁਬਾਰਾ ਆਇਆ ਇਹ ਮੋਬਾਈਲ ਠੀਕ ਕੋਈ ਰਿਪੇਅਰ ਕਰਵਾਉਣ ਗਿਆ ਹੋਇਆ ਸੀਗਾ। ਅਤੇ ਫਿਰ ਮੈਨੂੰ ਕਹਿੰਦਾ ਮੈਂ ਮੋਬਾਈਲ ਦਿਖਾਉਣ ਲਈ ਕਾਊਂਟਰ 'ਚ ਗਈ ਹਾਂ, ਕਹਿੰਦਾ ਆਂਟੀ ਇਹ ਵਾਲਾ ਮੋਬਾਈਲ ਨਹੀਂ ਸੀਗਾ। ਮੈਂ ਕਿਹਾ ਇਹੀ ਮੋਬਾਈਲ ਸੀਗਾ ਬੇਟੇ। ਅਤੇ ਕਹਿੰਦਾ ਰਾਜੇ ਤੋਂ ਲੈ ਲਵਾਂਗਾ। ਮੈਂ ਕਿਹਾ ਚੱਲ ਰਾਜੇ ਤੋਂ ਲੈ ਲਈ। ਮੈਂ ਫਿਰ ਕਾਊਂਟਰ 'ਚ ਆਪਣੇ ਇੱਧਰ ਆਉਣ ਲੱਗੀ ਹਾਂ, ਉਹਨੇ ਕੀ ਕੀਤਾ ਮੈਨੂੰ ਧੱਕਾ ਮਾਰਿਆ ਮੇਰੇ ਅੰਦਰ ਕਾਊਂਟਰ 'ਚ ਵੜਿਆ, ਅਤੇ ਕੀ ਕਹਿੰਦੇ ਮੇਰਾ ਪਰਸ ਚੱਕ ਕੇ ਦੌੜਿਆ, ਮੈਂ ਪਿੱਛੇ ਵੀ ਦੌੜੀ ਹਾਂ, ਉਹਨੇ ਮੈਨੂੰ ਸੱਟ ਵੀ ਮਾਰੀ, ਮੇਰੇ 'ਤੇ ਇੰਨੀ ਜ਼ੋਰ ਦੀ ਵਾਰ ਵੀ ਕੀਤਾ, ਮੇਰਾ ਸਾਰਾ ਮੂੰਹ ਖੂਨੋ ਖੂਨ ਹੋ ਗਿਆ, ਮੇਰੀ ਬਾਂਹ ਖੂਨੋ ਖੂਨ। ਮੈਂ ਉਹਦੇ ਪਿੱਛੇ ਵੀ ਬਾਹਰ ਤੱਕ ਭੱਜੀ ਹਾਂ ਵੀ ਉਹਨੂੰ ਪਕੜਨ ਲਈ, ਪਰ ਮੇਰੇ ਬਾਹਰੋਂ ਕਿਸੇ ਨੇ ਕੋਈ ਵੀ ਦੁਕਾਨਦਾਰ ਬਾਹਰ ਨਹੀਂ ਨਿਕਲਿਆ ਜੀ। ਅਤੇ ਮੈਂ ਪਿੱਛੇ ਭੱਜੀ ਹਾਂ, ਉਸ ਤੋਂ ਬਾਅਦ ਉਹ ਦੌੜ ਗਏ। ਇੱਕ ਬਾਰ ਮੋਟਰਸਾਈਕਲ 'ਤੇ ਮੁੰਡਾ ਹੋਰ ਹੋਏਗਾ, ਸਪਲੈਂਡਰ ਸੀਗਾ ਉਹਦੇ ਕੋਲ, ਅਤੇ ਉਹ ਦੂਜਾ ਮੁੰਡਾ ਸਟਾਰਟ ਕਰਕੇ ਖੜਾ ਸੀ ਮੋਟਰਸਾਈਕਲ, ਉਹਨਾਂ ਨੇ ਮੇਰਾ ਪਰਸ ਚੱਕਿਆ ਔਰ ਦੌੜ। ਕਿੰਨੇ ਪੈਸੇ ਸੀਗੇ ਮੋਬਾਈਲ 'ਚ? ਪਰਸ ਦੇ ਵਿੱਚ 3-3.5 ਲੱਖ ਰੁਪਇਆ ਸੀਗਾ। ਮੇਰੀ ਬੇਟੀ ਨੇ ਬਾਹਰ ਜਾਣਾ ਸੀ, ਮੈਂ ਆਸਟ੍ਰੇਲੀਆ ਲਈ ਫਾਈਲ ਲਗਾਈ ਹੋਈ ਸੀਗੀ ਉਹਦੀ, ਅਤੇ ਉਹਦੇ ਮੈਂ ਉਹਨੂੰ ਦੇਣੇ ਸੀਗੇ ਥੋੜ੍ਹੇ ਬਹੁਤ ਪੈਸੇ, ਉਹ ਆਪਣੇ ਸਹੁਰਿਆਂ ਤੋਂ ਆਈ ਹੋਈ ਸੀਗੀ, ਥੋੜ੍ਹੇ ਬਹੁਤ ਮੈਂ ਬੈਂਕ 'ਚ ਜਮ੍ਹਾਂ ਕਰਾਉਣੇ ਸੀ, ਮੈਨੂੰ ਨਹੀਂ ਪਤਾ ਸੀਗਾ ਵੀ ਅੱਜ ਬੈਂਕ ਕਲੋਜ਼ ਹੈ, ਅਤੇ ਮੈਂ ਉਹ ਜਮ੍ਹਾਂ ਕਰਵਾਉਣੇ ਸੀਗੇ, ਨਾਲ ਕੁਛ ਆਪਣੇ ਬੇਟੀ ਦੇ ਅਕਾਊਂਟ ਦੇ ਵਿੱਚ ਉਹਦੇ ਹਸਬੈਂਡ ਦੇ ਅਕਾਊਂਟ ਦੇ ਵਿੱਚ ਪਾਉਣੇ ਸੀਗੇ ਬੈਂਕ ਦੇ ਰਾਹੀਂ, ਬਟ ਪੈ ਹੀ ਨਹੀਂ ਸਕੇ, ਸਾਨੂੰ ਨਹੀਂ ਪਤਾ ਸੀਗਾ। ਮੈਨੂੰ ਪਤਾ ਹੁੰਦਾ ਅਤੇ ਮੈਂ ਘਰ ਹੀ ਪੈਸੇ ਰੱਖ ਕੇ ਆਉਂਦੀ, ਮੇਰੀ ਬੇਟੀ ਘਰ ਹੀ ਸੀਗੀ, ਬਸ ਇਹੀ ਗੱਲ ਹੈ। ਮੂੰਹ ਨਹੀਂ ਬੰਨਿਆ ਹੋਇਆ ਸੀਗਾ, ਸ਼ਕਲ ਮੈਨੂੰ ਪਤਾ, ਹਥਿਆਰ ਉਹਨਾਂ ਕੋਲ ਕੁਛ ਨਹੀਂ ਸੀਗਾ, ਮੈਨੂੰ ਉਹਨੇ ਧੱਕਾ ਮਾਰਿਆ। ਅੰਦਰ ਇੱਕੋ ਹੀ ਆਇਆ, ਇੱਕ ਬਾਰ ਸਪਲੈਂਡਰ 'ਤੇ। ਇਹ ਪੂਰੀ ਮੈਂ ਆਪਣਾ ਮੋਬਾਈਲ ਠੀਕ ਕਰਾਉਣ ਕੁਛ 3:30-4 ਵਜੇ ਦੇ ਕਰੀਬ ਦੀ ਗੱਲ ਹੈ ਜੀ। ਮੈਂ ਆਪਣਾ ਮੋਬਾਈਲ ਠੀਕ ਕਰਾਉਣ ਫਗਵਾੜਾ ਚੌਂਕ ਕਿਸੇ ਦੁਕਾਨ 'ਤੇ ਗਿਆ, ਰਿਪੇਅਰ ਵਾਲੀ ਦੁਕਾਨ 'ਤੇ ਗਿਆ, ਅਤੇ ਪਿੱਛੋਂ ਮੈਨੂੰ ਮੇਰੀ ਮੰਮੀ ਦਾ ਫੋਨ ਆਇਆ ਕਿ ਇੱਦਾਂ ਦੁਕਾਨ 'ਤੇ ਇੱਕ ਮੁੰਡਾ ਮੇਰਾ ਪਰਸ ਲੈ ਕੇ ਪਾਈ। ਮੈਂ ਫਟਾਫਟ ਭੱਜਿਆ ਦੁਕਾਨ 'ਤੇ ਆਇਆ ਤਾਂ ਆ ਕੇ ਦੇਖਦਾ, ਅਤੇ ਉਹ ਇੱਕ ਮੁੰਡਾ ਮੋਟਰਸਾਈਕਲ 'ਤੇ ਸਵਾਰ ਮੰਮੀ ਦਾ ਪਰਸ ਲੈ ਕੇ ਭੱਜ ਗਿਆ, ਅਤੇ ਪਿੱਛੇ ਪਿੱਛੇ ਮੰਮੀ ਉਹਦੇ ਦੌੜ ਰਹੀ, ਮੈਂ ਨਾਲ ਗਿਆ ਪਿੱਛੇ। ਉਹਨਾਂ ਨੂੰ ਬਹੁਤ ਫੜਨ ਦੀ ਕੋਸ਼ਿਸ਼ ਕੀਤੀ ਪਰ ਉਹ ਫੜ ਨਹੀਂ ਹੋਏ ਜੀ ਮੋਟਰਸਾਈਕਲ 'ਤੇ। ਦੋ ਜਣੇ ਸੀਗੇ ਜੀ, ਇੱਕ ਜਣਾ ਅੰਦਰ ਆਇਆ ਸੀ, ਇੱਕ ਮੋਟਰਸਾਈਕਲ ਦੇ ਬਾਹਰ ਖੜਾ ਸੀਗਾ ਜੀ। ਇਹਦੇ ਸੰਬੰਧਿਤ ਆਪਾਂ ਰਿਪੋਰਟ ਦਰਜ ਕਰਾਤੀ ਹੈ? ਹਾਂਜੀ, ਆਹ ਕਰਾਉਣੇ ਪਏ ਜੀ, ਪੁਲਿਸ ਵਾਲੇ ਲਿਖ ਰਹੇ ਆ ਜੀ, ਕਾਰਵਾਈ ਕਰ ਰਹੇ ਆ ਜੀ, ਲਿਖ ਰਹੇ ਆ।